ਚਾਂਦੀ ਲੰਮਿਆਂ ਵਿੱਚ ਔਲਾਦੇ ਬਤੂਲ ਤੇ ਲੋਟੀ ਪੈ ਜਾ। ਮੌਲਾ ਦੇ ਵਿਹੜੇ ਲਾਸ਼ਾਂ ਦੇ ਢੇਰ ਲੱਗ ਜਾਣੇ, ਕੋਸ਼ਿਸ਼ ਕਰਿਓ ਥੱਕਿਓ ਨਾ। ਕਿਉਂਕਿ ਮੌਲਾ ਹੁਸੈਨ ਸਾਰਾ ਦਿਨ ਲਾਸ਼ਾਂ ਚਾ ਚਾ ਕੇ ਚਾ ਚਾ ਕੇ ਚਾ ਚਾ ਕੇ ਥੱਕਣਾ ਨਹੀਂ। ਮੇਰੀ ਇਲਤਮਾਸ ਹੈ ਬਾਬਾ ਸੈਦ ਇਮਰਾਨ ਸ਼ਾਹ ਸਾਹਿਬ ਸੇ ਕਿ ਉਹ ਆ ਕੇ ਪੁਰਸਾ ਵਸੂਲ ਵੀ ਕਰੇ ਔਰ ਪੁਰਸਾ ਦੇਣ ਵੀ। ਸ਼ਬੀਰ ਦੀ ਮਾਤਮਾ ਦਾਰੇ ਰੋ
ਸਾਡੇ ਜਾਨੇ ਰਈਆ ਕਿਸਮਤ ਲੋਕ ਘਰ ਛੋੜ ਕੇ ਆਰਾਮ ਛੋੜ ਕੇ ਮਾਵਾਂ ਭੈਣਾਂ ਦੀਆਂ ਨੂੰ ਨਾਲ ਲੈ ਕੇ ਇਸ ਨੀਅਤ ਨਾਲ ਆਇਓ ਚਲੋ ਚਲੀਏ ਉਸ ਨੂੰ ਪਰਚਾ ਪਵੀਏ ਜਿਹੜੀ ਡਾਮੀ ਦੀ ਡੀਗਰ ਨੂੰ ਬਿਰਾਹ ਦੀ ਲਾਸ਼ ਕੋਲੋਂ ਇੰਝ ਲੰਘ ਗਈ ਜਿਵੇਂ ਕੁਝ ਨਾ ਸੁਲਗਦਾ ਮਲਕਾ ਮੁਲਕ ਬਕਾ ਬਾਨੀ ਰਸਮੇ ਜਿਦਾ ਪਾਕ ਵੀਰ ਦੇ ਅੱਧੇ ਹਿੱਸੇ ਦੀ ਬਾਈਵਾਲ ਭੈਣ ਪਾਕ ਨਾਨੇ ਦਾ ਬਖਤ ਇਕਬਾਲ ਪਾਕ ਬਾਬੇ ਦਾ ਸਰਮਾਇਆ ਲਾਜ਼ਵਾਲ ਜਿੱਦਾਂ ਅਕਦ ਹੋਇਆ ਨਾ ਬਾਬਾ ਜੀ ਮੇਰੀ ਸੈਨ ਦਾ ਮੌਲਾ ਅਹਿਮਦੁੱਲਾ ਹੱਕ ਮੈਲ ਜਿਹੜਾ ਦਿੱਤਾ ਹੈ ਉਹ ਤਾਂ ਹੈ ਲੇਕਿਨ ਉਹਦੇ ਨਾਲ ਇੱਕ ਬਈ ਸ਼ਰਤ ਹੈ ਫਰਮਾਈ ਕਿਹੜੀ ਸ਼ਰਤ ਫਰਮਾਇਆ ਜਿੱਦਾਂ ਮਜ਼ਲੂਮ ਪੁੱਤਰ ਮੇਰਾ ਵਤਨ ਛੋੜੇ ਨਹੀਂ ਆਲੀਆ ਨੂੰ ਇਜਾਜ਼ਤ ਦੇਣੀ ਅੱਛਾ ਠੀਕ ਹੈ ਬਾਬਾ ਜੀ ਆ ਗਿਆ ਵੇਲਾ 28 ਰਜਬ ਦੀ ਡੀਗਰ ਨੂੰ ਨਾਨੇ ਦੀ ਉਮਤ ਨੇ ਵਤਨ ਛੋੜਾਇਆ ਜਦ ਨਾਵਾਂ ਦੇ ਨਿਸ਼ਾਨ ਲਾਏ ਸੈਣ ਵਾਲੀਆ ਨਹੀਂ ਵੰਜਣਾ ਕਦੀ ਨਾ ਤੇਜ਼ ਤੁਰਨ ਵਾਲੀ ਉਬਾਲੇ ਕਦਮ ਛਾ ਕੇ ਕੋਲ ਆਈ ਫਰਮਾਏ ਮੇਰੇ ਨਾਂ ਦੇ ਨਿਸ਼ਾਨ ਤੁਸਾਂ ਲਾਏ ਫਰਮਾਏ ਹਾਂ ਮੈਂ ਪੁੱਛ ਸਕਦੀ ਹਾਂ ਫਰਮਾਏ ਮੈਂ ਬਾਨੀ ਸ਼ਰੀਅਤ ਦਾ ਪੁੱਤਰ ਹਾਂ ਜਦ ਤੱਕ ਸ਼ੋਹਰ ਕੋਲੋਂ ਇਜਾਜ਼ਤ ਨਾ ਮਿਲੇ ਮੈਂ ਨਾਲ ਨਹੀਂ ਲੈ ਜਾ ਸਕਦਾ ਮੇਰੀ ਮਜਬੂਰੀ ਹੈ ਸ਼ਰੀ ਅਲੀ ਦੀਦੀ ਫਰਮਾਏ ਇੱਥੇ ਫਰੇ ਸਲੋਕ ਉੱਥੇ ਆਏ ਨੇ ਜਿੱਥੇ ਜਨਾਬੇ ਅਬਦੁੱਲਾ ਬਿਸਤਰੇ ਬਿਮਾਰੀ ਤੇ ਆ ਪੈਰਾਂ ਵਾਲੇ ਪਾਸੇ ਬਹਿ ਕੇ ਰੋਣਾ ਸ਼ੁਰੂ ਕੀਤਾ ਏ ਦੀਆਂ ਦੀ ਪਈ ਨਗਾ ਲੇਕਿਨ ਬਾਬਾ ਤੂੰ ਸੁੱਤਾ ਏ ਮਾਂ ਰੋਂਦੀ ਵਧੀ ਅੱਜ ਸਾਡਾ ਨਾਨਾ ਹੋਵਿਆ ਨਾਨੀ ਹੋਵਿਆ ਮਾਂ ਤੇ ਭੈਣ ਬੁਲੰਦ ਨਾ ਹੋਵਣਾ ਜਲਦੀ ਦੇ ਨਾਲ ਉੱਠੇ ਇਹਦੇ ਪਈ ਨਗਾ ਕਦਮਾਂ ਵਾਲੇ ਪਾਸੇ ਬਹਿ ਕੇ ਰੋਂਦੇ ਵਧੇ ਰੋ ਰੋ ਕੇ ਫਰਮਾਏ ਗਾਜ਼ੀ ਦੇ ਜਿੰਦੀਆਂ ਤੁਹਾਨੂੰ ਮਿੱਟੀਆਂ ਤੇ ਕਹਿ ਬਿਠਾਇਆ ਏ ਮਰਹਬਾ ਮਰਹਬਾ ਫਰਮਾਏ ਚੱਜ ਜਾਇਆ ਵਾਦਾ ਪੂਰਾ ਕਰ ਕਿਹੜਾ ਵਾਦਾ ਖਰਚਾ ਮੇਰਾ ਹੋਵੇ ਜਿਸ ਮੁਲਕ ਵਿੱਚ ਜਾ ਮੇਰੀ ਜਗੀਰ ਕਰਬਲਾ ਮੇਰੀ ਕੂਫਾ ਮੇਰੀ ਸ਼ਾਮ ਮੇਰੀ ਜਗੀਰ ਬਾਜੀ ਅੱਜ ਦੇ ਸਾਹਮਣੇ ਹੱਥ ਬੰਨ ਕੇ ਫਰਮਾਇਆ ਮੇਰਾ ਸਰਦਾਰ ਨਰਾ ਸ਼ਾਮ ਲਿਖ ਦੇ ਮਰਹਬਾ ਭਲਾ ਹੋਵੇ ਸ਼ਾਲ
ਅੱਲਾ ਆਪਣੇ ਦੁੱਖਾਂ ਦੇ ਕਦੀ ਨਾ ਰਹੋ ਤੇ ਆਲੀ ਮੁਕੰਮਲ ਮਾਲ ਦੀ ਛਾਦਾ ਲਈ ਮੈਂ ਟੁਰਨਾ ਸ਼ੁਰੂ ਕੀਤਾ ਹੈ ਜਿਨ੍ਹਾਂ ਦੀ ਪਈ ਹੈ ਨਗਾਹ ਬਾਬਾ ਮਾਂ ਸਾਨੂੰ ਮਿਲ ਕੇ ਨਹੀਂ ਗਈ ਫਰਮਾਇਆ ਉਹਨੂੰ ਮੁਹੰਮਦ ਦੀ ਮਾਂ ਜਲਦੀ ਕਿਉਂ ਪੇ ਕਰਦੇ ਹੋ ਫਰਮਾਇਆ ਕੀ ਕਰਾਂ ਮੇਰੀ ਮਜਬੂਰੀ ਹੈ ਸਮਾਨ ਬਣੀ ਦਾ ਵੇਖਾਈਆਂ ਅੱਜ ਵਿਹੜੇ ਆਪਣੀ ਮਾਂ ਦੇ ਪੇ ਵਾਰੋ ਵਾਰੀ ਬੰਦ ਥੀਂਦੇ ਨੂੰ ਮੇਰੇ ਪੇਕਿਆਂ ਦੇ ਦਰਵਾਜ਼ੇ ਚਲੀ ਚੰਦ ਕਦਮ ਚਾਹੇ ਫਰਮਾਇਆ ਉਹਨੂੰ ਮੁਹੰਮਦ ਜੀ ਮੇਰੇ ਕਰੀਬ ਆਓ ਫਰਮਾਇਆ ਤੋਵੇ ਬਰਾ ਰਾਹ ਦੇ ਵਿੱਚ ਲੋੜ ਪੈ ਗਈ ਇੱਕ ਸਦਕਾ ਆਪਣੀ ਤਰਫੋਂ ਇੱਕ ਮੇਰੀ ਤਰਫੋਂ ਦੇ ਛੋੜੀ ਉਹਨੂੰ ਮੁਹੰਮਦ ਨੂੰ ਨਾਲ ਲਿਆਏ ਦੋ ਮੁਹਰਮ ਨੂੰ ਕਰਬਲਾ ਔਰ ਘੋੜੇ ਦੀ ਬਾਗ ਵਿੱਚ ਹੱਥ ਪਾਏ ਰਜ ਰੁਨੀਆਂ ਨੇ ਮਹਮਲ ਵਿੱਚ ਅਲੀ ਦੀਆਂ ਧੀਆਂ ਛੇ ਨੂੰ ਇੱਕ ਕਮੀਨੀਆਂ ਨੇ ਤੂੰ ਖੈਮੇ ਪੁੱਟੋ ਅਲੀ ਦੀ ਧੀ ਦੀ ਪਈ ਨੰਗਾ ਫਰਮਾਇਆ ਗਾਜ਼ੀ ਤੂੰ ਅਲੀ ਦਾ ਜਲਾਲੀ ਅੱਲਾ ਪੁੱਤਰੇ ਇੱਕ ਨਿੱਕ ਗੱਲ ਦਾ ਖਿਆਲ ਰੱਖੀ ਕਿਹੜੀ ਗੱਲ ਦਾ ਫਰਮਾਇਆ ਜਿੱਥੇ ਸ਼ਬੀਰ ਆਖੀ ਆ ਚੁੱਪ ਉੱਥੇ ਚੁੱਪ ਕਰ ਵਾਂ ਸੱਤ ਨੂੰ ਬਾਬਾ ਜੀ ਪੰਨ ਪੰਨ ਹੋਏ ਆ ਮੋਹਰ ਮੇਰਾ ਜਿਹੜੀ ਦੂਸਰਾ ਮਾਵਾਂ ਭੈਣਾਂ ਦੀ ਅੰਦਰ ਲਈ ਮਾਂ ਬਰਗਜ ਗੁਜ਼ਾਰੀ ਹੈ ਯਕੀਨਨ ਉਨੀ ਦੇਰ ਤੱਕ ਤੁਸੀਂ ਘਰ ਨਹੀਂ ਗਏ ਜਿੰਨੀ ਦੇਰ ਤੱਕ ਅਲੀ ਅਕਬਰ ਦੀ ਅਜ਼ਾਨ ਨਹੀਂ ਸੁਣੀ ਸਾਡੀ ਇਹ ਰਾਤ ਹਰ ਮਾਂ ਆਪਣੇ ਆਪਣੇ ਪੁੱਤਰ ਨੂੰ ਤਿਆਰ ਬੈਠੀ ਕਰੇ ਦੀ ਹੈ ਪਈ ਨੰਗਾ ਅਕਬਰਾਂ ਦੇ ਸਭ ਤੋਂ ਪਹਿਲੇ ਮੈਂ ਮੰਨਣਾ ਹੈ ਜਨਾਬੇ ਅਬਾਸ ਨੇ ਸਭ ਤੋਂ ਪਹਿਲੇ ਮੈਂ ਮੰਨਣਾ ਹੈ ਸ਼ਹਿਜ਼ਾਦੇ ਕਾਸਮ ਨੇ ਸਭ ਤੋਂ ਪਹਿਲੇ ਮੈਂ ਕੁਰਬਾਨ ਹੋਣ ਜਾਣਾ ਹੈ ਜਲਦੀ ਦੇ ਨਾਲ ਅਲੀ ਦੀ ਧੀ ਦੇ ਕੋਲ ਆ ਬੈਠੇ ਫਰਮਾਇਆ ਲਿਆ ਮਸ਼ਵਰਾ ਮੰਗਣਾ ਚਾਹੁੰਦਾ ਫਰਮਾਇਆ ਕੀ ਆਖਣਾ ਚਾਹੁੰਦੇ ਹੋ ਫਰਮਾਇਆ ਸਭ ਤੋਂ ਪਹਿਲੇ ਅਬਾਸ ਆਂਦਾ ਮੈਂ ਕੁਰਬਾਨ ਹੋਣਾ ਹੈ ਅਕਬਰ ਆਂਦਾ ਮੈਂ ਕੁਰਬਾਨ ਹੋਣਾ ਹੈ ਕਾਸਮ ਆਂਦਾ ਮੈਂ ਕੁਰਬਾਨ ਹੋਣਾ ਹੈ ਉਸ ਵੇਲੇ ਅਲੀ ਦੀ ਫਰਮਾਇਆ ਨਾ ਅਕਬਰ ਨੂੰ ਭੇਜ ਨਾ ਕਾਸਮ ਨੂੰ ਭੇਜ ਨਾ ਅਬਾਸ ਨੂੰ ਭੇਜ ਵੱਧ ਕਿਸ ਨੂੰ ਭੇਜਾਂ ਰੋ ਰੋ ਕੇ ਫਰਮਾਇਆ ਅੱਜ ਵਿੱਚ ਬਾਜ਼ਾਰ ਸਕੀਫਾ ਦੇ ਪਹਿਲੇ ਭੈਣ ਦਾ ਮਾਲ ਅਜ਼ਮਾ ਜਾ ਮਰਹਬਾ 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 ਮੈਂ ਬਿਸਮਿਲ੍ਲਾ ਕਰਾਂ ਅੱਜ ਵਿੱਚ ਬਾਜ਼ਾਰ ਸਕੀਫਾ ਦੇ ਪਹਿਲੇ ਭੈਣ ਦਾ ਮਾਲ ਅਜ਼ਮਾ ਜਾ ਸ਼ਮੀ ਨਸਲ ਤੇਰੀ ਦੇ ਦੁਸ਼ਮਣ ਹਨ ਕੋਈ ਬਚਦਾ ਹੀ ਪੁੱਤਰ ਬਚਾ ਸਾ ਸਾਰੀ ਰਾਤ ਗੱਲਾਂ ਕਰਦੇ ਰਹੇ ਸ਼ਾਇਦ ਦਾ ਮੁਹਰਮ ਦਾ ਦਿਨ ਛੜਿਆ ਹੈ ਬੀਬੀ ਫਰਮਾਇਆ ਉਹਨੂੰ ਮੁਹੰਮਦ ਮੇਰੇ ਕਰੀਬ ਆਓ ਜਿੱਦਾਂ ਕਰੀਬ ਆਏ ਫਰਮਾਇਆ ਮੈਂ 18 ਸਾਲਾਂ ਦੀ ਮਕਰੂਜ਼ਾਂ ਮੇਰੇ ਦਿਲ ਦੀ ਹਸਰਤ ਹੈ ਸਭ ਤੋਂ ਪਹਿਲੇ ਤੁਸੀਂ ਕੁਰਬਾਨ ਹੋਵੋ ਮਾਮੇ ਤੋਂ ਇਜਾਜ਼ਤ ਫਰਮਾਇਆ ਜੋ ਮਾਮੇ ਤੋਂ ਇਜਾਜ਼ਤ ਚੰਦ ਕਦਮ ਛਾਏ ਕਰੀਬ ਆਏ ਨੇ ਫਰਮਾਇਆ ਮਾਮਾ ਸਾਡਾ ਸਲਾਮ ਹੋਵੇ ਦਿੱਕ ਜਲੈ ਦੇ ਨਾਲ ਫਰਮਾਇਆ ਮਾਂ ਦੇ ਹਾਲੀ ਵੱਲਣ ਦਾ ਵਾਸਤਾ ਹੀ ਸਾਨੂੰ ਇਜਾਜ਼ਤ ਦੇ ਸਾਡੀ ਮਿਲ ਗਈ ਅਜਾਜ਼ਤ ਜਲਦੀ ਦੇ ਨਾਲ ਘਰ ਆਏ ਨੇ ਉਹ ਵੇਲੇ ਤਿਆਰੀ ਸ਼ੁਰੂ ਕੀਤੀ ਹੈ ਮਾਂ ਨੇ ਮਾਮੇ ਵਧਾਏ ਨੇ ਨਿੱਕੀਆਂ ਨਿੱਕੀਆਂ ਤਲਵਾਰਾਂ ਲਈਆਂ ਦਵਾਂ ਸ਼ਹਿਜ਼ਾਦਿਆਂ ਨੂੰ ਝੋਲੀ 'ਚ ਬਿਠਾਏ ਫਰਮਾਇਆ ਮੇਰਾ ਲਾਲ ਮੈਂ 18 ਸਾਲਾਂ ਦੀ ਮਕਰੂਜ਼ ਹਾਂ ਮੈਨੂੰ ਮਾਮੇ ਤੋਂ ਸ਼ਰਮਿੰਦਾ ਨਾ ਕਰਿਓ ਫਰਮਾਇਆ ਅਕਬਰ ਦੇ ਦਾਦਕੇ ਹਾਸ਼ਮੀਏ ਨਾਨਕੇ ਨਹੀਂ ਅਬਾਸ ਦੇ ਦਾਦਕੇ ਹਾਸ਼ਮੀਏ ਨਾਨਕੇ ਨਹੀਂ ਅਸਗਰ ਦੇ ਦਾਦਕੇ ਹਾਸ਼ਮੀਏ ਨਾਨਕੇ ਨਹੀਂ ਤੁਸਾਂ ਉਹ ਤੁਹਾਡੇ ਦਾਦਕੇ ਵੀ ਹਾਸ਼ਮੀਏ ਨਾਨਕੇ ਵੀ ਹਾਸ਼ਮੀਏ ਮੇਰਾ ਲਾਲ ਅੱਜ ਇਹੋ ਜੀ ਜੰਗ ਲੜੋ ਨਾਨਕੇ ਦਾਦਕਿਆਂ ਦਾ ਮਿਕਸ ਅਜ਼ਹਾਰ ਹੋਵੇ ਰੋ ਰੋ ਕੇ ਫਰਮਾਏ ਪਈਆਂ ਮਾਵਾਂ ਮਿਲਸਣਾ ਪੁੱਤਰਾਂ ਕੋ ਤੇ ਅਸਾਂ ਨਹੀਂ ਮਿਲਣਾ ਤੇ ਮਾਂ ਕੋ ਸਾਡੀ ਕੰਢ ਤੇ ਕੋਈ ਆਇਓ ਜ਼ਖਮ ਵੇਖੀ ਨਾ ਬਖਸ਼ੀ ਖੀਰ ਜਲਦੀ ਦੇ ਨਾਲ ਮੇਰੇ ਬਾਹਰ ਆਏ ਅਲੀ ਦੀਆਂ ਨੂੰ ਅੰਦਰੀਆਂ ਦੇ ਵੈਣ ਬਲਾਂ ਫਰਮਾਏ ਰੋ ਨਹੀਂ ਜੇ ਰੋਣਾ ਹੈ ਤੇ ਅਕਬਰ ਨੂੰ ਰੋਵੇ ਰੋਣਾ ਹੈ ਤੇ ਕਾਸਮ ਨੂੰ ਰੋਵੇ ਰੋਣਾ ਹੈ ਤੇ ਅਸਗਰ ਨੂੰ ਰੋਵੇ ਇਹ ਮੇਰੇ ਬਰਾ ਦਾ ਸਦਕਾ ਹੈ ਚੰਦ ਕਦਮ ਚਾਏ ਨੇ ਫਰਮਾਏ ਗਾਜ਼ੀ ਮੇਰੇ ਕਰੀਬਾ ਸਾਹਮਣੇ ਅਲਮਾਲੇ ਆਵਾਜ਼ ਖੜ ਗਏ ਫਰਮਾਏ ਜਲਦੀ ਕਰੋ ਉਹਨੂੰ ਮੁਹੰਮਦ ਤਲਵਾਰਾਂ ਨੇ ਆਮ ਚੋਂ ਬਾਹਰ ਕੱਢੀਆਂ ਨੇ ਗਾਜ਼ੀ ਦੇ ਕਦਮਾਂ ਦੇ ਹੱਥ ਲਾ ਕੇ ਫਰਮਾਏ ਚਾਚਾ ਸਾਡਾ ਸਲਾਮ ਹੋਵੀ ਪਈਏ ਨਗਾਹ ਵੇਲੇ ਚੰਦ ਕਦਮ ਚਾਏ ਨੇ ਵੈਣ ਬਲਾਂ ਦੋਏ ਅਲੀ ਦੀਆਂ ਨੂੰਹਾਂ ਦੇ ਧੀਆਂ ਦੇ ਵੈਣ ਬਲਾਂ ਦੋਏ ਦੋ ਸ਼ਹਿਜ਼ਾਦੇ ਨੇ ਜਿਨ੍ਹਾਂ ਨੂੰ ਚਾ ਕੇ ਜ਼ੀਨ ਤੇ ਸਵਾਰ ਕਰਾਏ ਆਏ ਨੇ ਮੈਦਾਨ 'ਚ ਸੋਹਣੀ ਜੰਗ ਵਧੇ ਲੜਦੇ ਨੇ ਉਮਰੇ ਸਾਹ ਦੇ ਖੈਮੇ ਦੀਆਂ ਤਲਾਬਾਂ ਭੱਠੀਆਂ ਦੇ ਆਉਂਦੇ ਅਬਾਸ ਦਾ ਹਮਲਾ ਹੋ ਗਿਆ ਹੈ ਬਾਹਰ ਨਿਕਲੇ ਤੇ ਉਹਨਾਂ ਮੁਹੰਮਦ ਵੇਲੇ ਕਮੀਨੇ ਨੇ ਵਾਰ ਕੀਤਾ ਹੈ ਤੀਰ ਮਾਰੇ ਇਸ਼ਾਰੀ ਮੁਹੰਮਦ ਦੇ ਸੀਨੇ ਦੇ ਲੱਗਿਆ ਹੈ ਵੱਜਦੇ ਘੋੜੇ ਦੁਲਦਾ ਹੈ ਬਰਮਾਏ ਮਾਮਾ ਮੇਰਾ ਸਲਾਮ ਹੋਵੀ
میری مدد کو آج دبا پسائے نے پہ یہ نگا سینے جتیر لگیا ہوئے دوبارہ ہوئے لٹرنا شروع کی دائے جلید نال نواب کربلا میں باہر نکلنے فرمائے کن تیاری ہوئی اور رو رو کے فرمائے میدان دے وچ تیرے کام سر تے فرمائے پرمیدہ پتر فرمائے دنال ویدہ نہیں ماں نہیں ملا جلد